ਹਾਂਜੀ ਕੀ ਹਾਲ ਨੇ ਜੀ ਸਾਰਿਆਂ ਦੇ ਤੇ ਗੱਡੀਆਂ ਆਪਾਂ ਫਿਰ ਤੋਂ ਲੈ ਕੇ ਹਾਜ਼ਰਾਂ ਜੀ ਅੱਜ ਤੇ ਸਭ ਤੋਂ ਪਹਿਲੀ ਗੱਡੀ ਆਪਣੇ ਕੋਲੇ ਸੈਂਟਰੋਂ ਪਹੁੰਚੀ ਆ ਜੀ 2007 ਮਾਡਲ ਗੱਡੀਆਂ ਹਨ ਤੇ ਇਹ ਗੱਡੀ ਦਾ ਜਿਹੜਾ ਰੰਗ ਹੈ ਜੀ ਪੂਰਾ ਚੱਕਮਾ ਰੰਗ ਹੈ ਰੈੱਡ ਕਲਰ ਚ ਗੱਡੀ ਪਹੁੰਚੀ ਆਪਣੇ ਕੋਲੇ ਮੁਹਾਲੀ ਏਰੀਆ ਚੋਂ ਮਾਲਕ ਨੇ ਵੇਚਣ ਵਾਸਤੇ ਗੱਡੀ ਆਪਣੇ ਕੋਲੇ ਆ ਭੇਜੀ ਹੈ ਤੇ ਗੱਡੀ ਬਕਾਉ ਹੈ ਕਿਸੇ ਵੀ ਨੂੰ ਗੱਡੀ ਪਸੰਦ ਆਈ ਹੋਵੇ ਤਾਂ ਖਰੀਦ ਸਕਦੇ ਹੋ ਉਹਨਾਂ ਨੂੰ ਫੋਨ ਕਰਕੇ ਤੇ ਗੱਡੀ ਦੀ ਡਿਮਾਂਡ ਰੱਖੀਓ ਮਾਲਕ ਨੇ 1,25,000 1,25 ਡਿਮਾਂਡ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਤੇ ਰੇਟ ਤੁਸੀਂ ਆਪੇ ਦੇਖ ਲਓ ਜੀ ਮੈਨੂੰ ਤਾਂ ਥੋੜਾ ਜਿਆਦਾ ਲੱਗ ਰਿਹਾ ਜੀ ਮੁਹੱਲੀ ਖੜੀਏ ਗੱਡੀ ਤੇ 80-85 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਪੂਰਾ ਲਿਸ਼ਕਾਰੀ ਮਾਰਦਾ ਰੰਗ ਤਾਂ ਵਧੀਆ ਜੀ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਨੋਟ ਕਰੋ 98769 ਤੇ 19669 ਫੋਨ ਕਰ ਲਿਓ ਤੇ ਗੱਲਬਾਤ ਕਰਨੀ ਹੋਵੇ ਕਰ ਸਕਦਾਂ ਹਾਂ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ ਮਹਿੰਦਰਾ ਲੋਗਨ ਲੋਗਨ ਗੱਡੀ ਪਹੁੰਚੀ ਆ ਗੱਡੀ ਦਾ ਮਾਡਲ ਹੈ ਜੀ 2008 ਤੇ ਗੱਡੀ ਆਪਣੇ ਕੋਲੇ ਤਲਵੰਡੀ ਸਾਬੋ ਏਰੀਆ ਚੋਂ ਪਹੁੰਚੀ ਆ ਜੀ ਨਵੇਂ ਟਾਰਾਂ ਚ ਗੱਡੀ ਆ ਤੇ ਅਲਾਏ ਲੱਗਿਆ ਜੀ ਤੇ ਜਿੰਨਾ ਵੀ ਪੈਂਟ ਆ ਗੱਡੀ ਦਾ ਵਧੀਆ ਤੇ ਲੱਗੀ ਲੁਗੀ ਤਾਂ ਹੈ ਨਹੀਂ ਗੱਡੀ ਕੋਈ ਬਾਕੀ ਸਕ੍ਰੈਚ ਦੇਖਣ ਨੂੰ ਮਿਲ ਲਗੇ ਤਲਵੰਡੀ ਸਾਬੋ ਗੱਡੀ ਖੜੀ ਹੈ ਤੇ ਡਿਮਾਂਡ ਰੱਖੀ ਹੈ ਮਾਲਕ ਨੇ 1 ਲੱਖ 20000 ਵਧੀਆ ਸੀਟ ਕਵਰ ਨੇ ਗੱਡੀ ਦੇ ਤੇ ਵਧੀਆ ਚਲਾਉਣ ਚ ਗੱਡੀ ਹੈ ਜੀ ਇੰਜਨ ਗੇਅਰ ਵੱਲੋਂ ਕੋਈ ਦਿੱਕਤ ਨਹੀਂ ਅੰਦਰੋਂ ਵਧੀਆ ਪਈ ਹੈ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੁਸੀਂ ਦੇਖ ਰਹੂ ਕਿਸੇ ਵੀ ਨੂੰ ਗੱਡੀ ਪਸੰਦ ਆਈ ਹੋਵੇ ਤਾਂ ਜਾ ਕੇ ਚਲਾ ਕੇ ਦੇਖ ਕੇ ਚੈੱਕ ਕਰ ਸਕਦੇ ਹੋ ਆਪਦੀ ਪੂਰੀ ਮਨ ਦੀ ਤਸੱਲੀ ਕਰਕੇ ਫਿਰ ਡੀਲ ਕਰ ਸਕਦੇ ਹੋ ਤੇ ਮਾਲਕ ਦਾ ਨੰਬਰ ਸਕਰੀਨ ਤੇ ਨੋਟ ਕਰੋ 97 808 ਤੇ 39022 ਤੇ ਗੱਡੀ ਦੀ ਗੱਲ ਤਾਂ ਹੋ ਗਈ ਜੀ ਤੇ ਜਿੰਨੇ ਮੇਰੇ ਵੀਰ ਆਪਣੀ ਵੀਡੀਓ ਦੇਖ ਰਹੇ ਆ ਜੀ ਤੇ ਤੁਹਾਡੇ ਕੋਲੇ ਵੀ ਗੱਡੀ ਹੈਗੀ ਹੈ ਜੀ ਵੇਚਣ ਵਾਸਤੇ ਵੇਚਣੀ ਹੈ ਤੁਸੀਂ ਐਡ ਕਰਵਾਉਣੀ ਹੈ ਤਾਂ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਜੀ 7814038764 ਐਸੇ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ ਦੋ ਤਿੰਨ ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੇ ਵੀ ਹੁੰਦੀ ਹੈ ਸਾਰਾ ਕੁਝ ਭੇਜ ਦਿਓ ਐਡ ਲੱਗ ਜੂਗੀ ਤੇ ਅੱਗੇ ਆਪਾਂ ਹੁਣ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਹੁੰਡਾਈ ਦੀ ਗੱਡੀ ਪਹੁੰਚੀ ਹੈ i10 i10 ਗੱਡੀ ਪਹੁੰਚੀ ਆਪਣੇ ਕੋਲੇ ਜੀ 2010 ਮਾਡਲ ਆ ਤੇ ਇਹ ਟੋਹਣਾ ਮਾਲਕਬੀਰ ਦਾ ਏਰੀਆ ਜੀ ਹਰਿਆਣਾ ਚ ਪੈ ਜਾਂਦਾ ਟੋਹਣਾ ਤੇ ਵਧੀਆ ਸੀਟ ਕਵਰ ਨੇ ਗੱਡੀ ਦੇ ਕਿਸੇ ਪਾਸੇ ਕੋਈ ਦਿੱਕਤ ਨਹੀਂ ਪੂਰੀ ਚੱਕਮੀ ਗੱਡੀ ਆ ਵਧੀਆ ਰੱਖੀ ਆ ਮਾਲਕ ਨੇ ਚਮਕਾ ਕੇ 80 85% ਟਾਰਾਂ ਦੀ ਕੰਡੀਸ਼ਨ ਹੈ ਤੇ ਸੀਟ ਕਵਰ ਵੀ ਵਧੀਆ ਨਹੀਂ ਕਿਸੇ ਪਾਸੇ ਕੋਈ ਦਿੱਕਤ ਵੀ ਹੈ ਨਹੀਂ ਨਾ ਕੋਈ ਪਾਟੇ ਪੁਰਾਣੇ ਆ ਸੀਟ ਕਵਰ ਵਧੀਆ ਕੰਡੀਸ਼ਨ ਦੇ ਆ 1 45 ਮਾਲਕ ਨੇ ਡਿਮਾਂਡ ਰੱਖੀ ਆ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਕਰ ਲਾਂਗੇ ਜਿੰਨਾ ਹੋ ਸਕਦਾ ਬਾਕੀ ਤੁਸੀਂ ਇਹਨਾਂ ਨੂੰ ਫੋਨ ਇੱਕ ਵਾਰੀ ਜਰੂਰ ਕਰ ਲਓ ਤੇ ਗੱਡੀ ਜਾ ਕੇ ਪਤਾ ਲੱਗਦਾ ਬਾਕੀ ਜ਼ਿਆਦਾ ਤਾਂ ਤੇ ਫੋਟੋਆਂ ਚ ਤਾਂ ਇਹਨਾਂ ਨਹੀਂ ਪਤਾ ਲੱਗਦਾ ਬਾਕੀ ਤੁਸੀਂ ਖਰੀਦਣੀ ਹੋਵੇ ਤਾਂ ਜਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ 97 296 387600 ਪੁਰਾ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਪਹੁੰਚੀ ਆ Swift BDI 2011 ਮਾਡਲ ਤੇ ਜੇਟੋ ਇਹਨਾਂ ਦਾ ਏਰੀਆ ਜੀ ਜੇਟੋ ਆਪਣੇ ਕੋਲੇ ਗੱਡੀ ਪਹੁੰਚੀ ਆ ਜੇਟੋ ਤੋਂ ਤੇ ਮਾਲਕ ਨੇ ਡਿਮਾਂਡ ਰੱਖਿਆ 2,75,000 ਤੇ ਗੱਡੀ ਚ ਕਮੀ ਪੈਸੀ ਕੋਈ ਨਹੀਂ ਹੈਗੀ ਤੇ ਰੰਗ ਪ੍ਰਾਇਡ ਵੀ ਵਧੀਆ ਤੇ ਲੱਗੀ ਛਗੀ ਵੀ ਹੈ ਨਹੀਂ ਕੋਈ ਵਧੀਆ ਮਾਲਕ ਨੇ ਚਲਾਈ ਗੱਡੀ ਘਰ ਲਈ ਵਰਤੀ ਹੋਈ ਆ ਤੇ ਘਰੇ ਹੀ ਖੜੀ ਆ ਤੇ ਜਦੋਂ ਲੋਡ ਹੁੰਦੀ ਆ ਮਣੀ ਮੋਟੀ ਉਦੋਂ ਚੱਲਦੀ ਗੱਡੀ ਐਵੇਂ ਘਰੇ ਖੜੀ ਰਹਿੰਦੀ ਆ ਤੇ ਮਾਲਕ ਸੋਚ ਰੇ ਸੀ ਵੇਚ ਦਿੰਨੇ ਆ ਲੋੜ ਤਾਂ ਹੈ ਨਹੀਂ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰ ਲਓ ਜੀ 275 ਡਿਮਾਂਡ ਕਾਗਜ਼ ਪੱਤਰ A to Z ਸਾਰੇ ਕੰਪਲੀਟ ਨੇ ਤੇ ਮਾਲਕ ਦਾ ਨੰਬਰ ਸਕਰੀਨ ਤੇ ਨੋਟ ਕਰੋ 94174 ਤੇ 18143 ਤੇ ਅਗਲੀ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਆ ਆਲਟੋ ਗੱਡੀ ਪਹੁੰਚੀ ਆਪਣੇ ਕੋਲੇ 2005 ਮਾਡਲ ਤੇ ਦੂਜੇ ਨਾਮ ਗੱਡੀ ਆ ਚੀ ਦੂਜੇ ਨਾਮ ਗੱਡੀ ਆ ਆਲਟੋ ਗੱਡੀ ਆ ਤੇ ਮਾਲਕ ਨੇ ਡਿਮਾਂਡ ਰੱਖੀ ਹੈ 75000 ਤੇ ਕਿਸੇ ਵੀ ਨੂੰ ਗੱਡੀ ਪਸੰਦ ਆਈ ਹੋਵੇ ਤਾਂ ਜਾ ਕੇ ਦੇਖ ਸਕਦਾ ਓ ਤੇ ਗੱਡੀ ਖੜੀ ਆ ਸੰਗਰੂਰ ਏਰੀਆ ਚ ਸੰਗਰੂਰ ਖੜੀ ਹੈ ਗੱਡੀ 7580 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਤੇ ਸੰਗਰੂਰ ਜਾ ਕੇ ਦੇਖ ਵੀ ਸਕਦੇ ਹੋ ਵਧੀਆ ਬੈਂਡਰੀ ਹੈ ਅਮਰੋਂਦੀ ਤੇ ਸਰਵਿਸ ਤਾਜੀ ਹੋਈ ਹੈ ਏਸੀ ਹੀਟਰ ਵੀ ਚੱਲਦਾ ਹੈ ਤੇ 75000 ਡਿਮਾਂਡ ਹੈ ਦੂਜੇ ਨਾਮ ਗੱਡੀ ਹੈ ਪੰਜ ਮਾਡਲ ਹੈ ਤੇ ਮਾਲਕ ਨੇ ਪਾਸਿੰਗ ਬਾਰੇ ਕੁਝ ਦੱਸਿਆ ਨਹੀਂ ਇਹਨਾਂ ਨੂੰ ਫੋਨ ਕਰਕੇ ਪੁੱਛ ਲਓ ਬਾਕੀ ਗੱਡੀ ਚ ਮੈਨੂੰ ਕੋਈ ਦਿੱਕਤ ਨਹੀਂ ਲੱਗਦੀ ਪੂਰੀ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਨਵੇਂ ਵਰਗੇ ਟਾਇਰ ਪਏ ਨੇ ਇਹ ਨਮੀ ਵਰਗੀ ਗੱਡੀਆਂ ਚੀਂ ਬਾਕੀ ਤੁਸੀਂ ਇਹਨਾਂ ਨੂੰ ਫੋਨ ਇੱਕ ਵਾਰੀ ਜ਼ਰੂਰ ਕਰ ਲਿਓ ਪੰਜਾਬ ਨੰਬਰ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਨੋਟ ਕਰੋ 98786 ਤੇ 95001 ਇਹਨਾਂ ਨੂੰ ਫੋਨ ਕਰਕੇ ਤੇ ਆਪਦੀ ਜਾਣਕਾਰੀ ਕੋਈ ਹੋਰ ਲੈਣੀ ਹੋਵੇ ਲੈ ਲਿਓ ਤੇ ਫੋਨ ਕਰਕੇ ਤੇ ਵਗ ਜਿਓ ਤੇ ਗੱਡੇ ਨੂੰ ਖਰੀਦ ਲਿਓ ਜੀ ਤੇ ਇੱਕ ਵਾਰੀ ਫਿਰ ਤੋਂ ਕਹਿ ਦੇਣਾ ਜੀ ਮੈਂ ਹਰ ਇੱਕ ਵੀਡੀਓ 'ਚ ਤੇ ਹਰ ਰੋਜ਼ ਬਾਰੀ-ਬਾਰੀ ਮੈਂ ਕਹਿਣਾ ਹੁੰਨੇ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਭੇਜਦੇ ਹੋ ਤੁਸੀਂ ਆ ਵੇਚਣ ਵਾਸਤੇ ਐਡ ਕਰਾਉਣ ਵਾਸਤੇ ਤੇ ਜਿਹੜਾ ਗੱਡੀ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾਇਆ ਕਰੋ ਜਿਆਦਾ ਸੂਈ ਨਾ ਚੜਾਏਕਰੋ ਰੇਟ ਵਾਲੀ ਸਪੀਡ ਵਾਲੀ ਜਿਹੜੀ ਸੂਈ ਹੈ ਜਿਆਦਾ ਨਾ ਚੜਾਏਕਰੋ ਜਿਆਦਾ ਸੂਈ ਚੜਦੀ ਤਾਂ ਟੁੱਟ ਜਾਂਦੀ ਹੈ ਤੇ ਰੇਟ ਹੈ ਜਿਹੜਾ ਜਿਆਦਾ ਨਾ ਲਾਇਕੇ ਭੇਜਿਆ ਕਰੋ ਜਿੰਨਾ ਰੇਟ ਹੁੰਦਾ ਤਾਂ ਮਸ਼ੀਨਰੀ ਨਹੀਂ ਵੇਖਦੀ ਠੀਕ ਹੈ ਜੀ ਤੇ ਰੇਟ ਸਹੀ ਹੋਊਗਾ ਤਾਂ ਜਿਹੜੀ ਗੱਡੀ ਮਸ਼ੀਨਰੀ ਹੈ ਕੁਛ ਵੀ ਹੈ 2 ਮਿੰਟਾਂ ਦੇ ਵਿੱਚ ਸੇਲ ਹੋ ਜਾਂਦੀ ਹੈ ਰੇਟ ਸਹੀ ਹੋਊਗਾ ਤੁਹਾਨੂੰ ਫੋਨ ਵੀ ਆਉਣਗੇ ਤੇ ਦੇਖਣ ਵੀ ਆਉਣਗੇ ਤੇ ਖਰੀਦ ਕੇ ਵੀ ਲੈ ਜਾਣਗੇ ਜੀ ਤੇ ਅੱਗੇ ਆਪਾਂ ਹੁਣ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਐਲਟੋ ਗੱਡੀ ਪਹੁੰਚੀ ਆ ਐਲਐਕਐਸਆਈ ਤੇ 2009 ਮਾਡਲ ਗੱਡੀ ਆ ਤੇ ਗੱਡੀ ਲੁਧਿਆਣਾ ਏਰੀਆ ਚੋਂ ਆਪਣੇ ਕੋਲੇ ਪਹੁੰਚੀ ਆ 125 ਡਿਮਾਂਡ ਤੇ ਲੁਧਿਆਣਾ ਖੜੀ ਆ 70 75 ਪੈਸੇ ਟਾਰਾਂ ਦੀ ਕੰਡੀਸ਼ਨਿੰਗ ਗੱਡੀ ਠੀਕ ਹੈ ਤੇ ਚਲੌਣ ਚ ਵੀ ਕੋਈ ਪ੍ਰੋਬਲਮ ਨਹੀਂ ਤੇ ਰੰਗ ਪੈਣ ਵੀ ਵਧੀਆ ਹੈ ਮੈਂ ਕਿ ਤੁਹਾਡੇ ਸਾਹਮਣੇ ਗੱਡੀ ਤੁਸੀਂ ਦੇਖ ਰਹੇ ਹੋ ਜੀ ਬਾਕੀ ਸਕ੍ਰੈਚ ਹਲਕੇ ਜਿਹੇ ਮਿਲਣਗੇ ਪੰਜਾਬ ਨੰਬਰ ਹੈ ਤੇ अल्टੋ ਐਲਐਕਐਸਆਈ ਗੱਡੀ ਹੈ ਏਸੀ ਹੀਟਰ ਵਧੀਆ ਸੀਟ ਕਵਰ ਵਧੀਆ ਪਈ ਨੇ ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਮਾਲਕ ਨੇ ਖਿੱਚ ਕੇ ਭੇਜੀਆਂ ਤੇ ਤੁਸੀਂ ਵੀ ਆਪਦੇ ਵਟਸਐਪ ਤੇ ਮੰਗਵਾਉਣੀਆ ਹੁਣ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਨੰਬਰ ਹੈ 98143 ਤੇ 31307 ਤੇ ਲੁਧਿਆਣੇ ਗੱਡੀ ਖੜੀ ਆਹਾ 70 70 60 10 ਦੀ ਕੰਡੀਸ਼ਨ ਹੈ 125 ਡਿਮਾਂਡ ਹੈ ਬਾਕੀ ਨੰਬਰ ਮੈਂ ਤੁਹਾਨੂੰ ਦੇਤਾ ਤੇ ਗੱਲਬਾਤ ਆਪਦੀ ਕਰ ਲਿਓ ਤੇ ਅਗਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ ਹੁੰਡਾਈ ਦੀ ਤੇ ਗੱਡੀ ਸ਼ਾਇਦ ਆ ਵਰਨਾ ਵੀ ਹੋ ਸਕਦੀ ਹੈ ਤੇ ਐਸਰਟ ਵੀ ਹੋ ਸਕਦੀ ਹੈ ਤੇ ਮੈਨੂੰ ਦੱਸਿਓ ਜ਼ਰੂਰ ਕਿਉਂਕਿ ਪਿੱਛੇ ਦੇ ਨਾਲ ਲਿਖਿਆ ਨਹੀਂ ਹੋਇਆ ਜੀ ਤੇ ਸੱਤ ਮਾਡਲ ਗੱਡੀ ਆ ਤੇ ਮਾਲਕ ਨੇ ਡਿਮਾਂਡ ਰੱਖੀ ਹੈ ਜੀ 95000 ਮਾਨਸਾ ਏਰੀਆ ਚੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਕੰਡੀਸ਼ਨ ਠੀਕ ਠਾਕ ਹੈ ਜੀ ਜਿਆਦਾ ਵੈਟਰ ਨਹੀਂ ਕਹਿ ਸਕਦੇ ਠੀਕ ਆ ਕੰਡੀਸ਼ਨ ਤੇ 95000 ਡਿਮਾਂਡ ਹੈ ਅਲਾਈ ਲੱਗੀ ਹੈ ਜੀ ਬਾਕੀ ਸਕਰੈਚ ਤੁਹਾਨੂੰ ਮਿਲਣਗੇ ਜੀ ਤੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਤੁਸੀਂ ਦੇਖ ਰਹੇ ਹੋ ਜੀ ਅੰਦਰੋਂ ਵਧੀਆ ਪਈਆ ਬਾਹਰੋਂ ਠੀਕ ਪਈਆ ਤੇ ਇਸੇ ਹੀਟਰ ਵੱਲੋਂ ਕੋਈ ਦਿੱਕਤ ਨਹੀਂ ਚਲਾਉਣ 'ਚ ਕੋਈ ਦਿੱਕਤ ਨਹੀਂ ਚਲਾਉਣ 'ਚ ਪੂਰੀ ਵਧੀਆ ਗੱਡੀ ਆ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਦਿੱਲੇ ਨੰਬਰ ਮਾਨਸਾ ਖੜੀ ਆ 95000 ਡਿਮਾਂਡ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਨੋਟ ਕਰੋ ਨੰਬਰ ਹੈ 95019 ਤੇ 25396 ਤੇ ਫੋਨ ਕਰਕੇ ਤੇ ਵਗਜੋ ਤੇ ਦੇਖ ਲਿਓ ਤੇ ਖਰੀਦ ਲਿਓ ਗੱਡੀ ਜੀ ਤੇ ਅਗਲੀ ਗੱਡੀ ਆਪਣੇ ਕੋਲੇ ਸੈਂਟਰੋ ਪਹੁੰਚੀ ਆ ਜੀ ਪੂਰਾ 2000 ਮਾਡਲ ਹੈ ਤੇ 25 ਤੱਕ ਗੱਡੀ ਦੀ ਪਾਸਿੰਗ ਪਈ ਆ 55000 ਡਿਮਾਂਡ ਹੈ ਤੇ ਪਟਿਆਲੇ ਏਰੀਆ ਚੋਂ ਆਪਣੇ ਕੋਲੇ ਗੱਡੀ ਪਹੁੰਚੀ ਆ ਪਟਿਆਲੇ ਘੜੀ ਆ 80 85 ਪੈਸੇ ਚਾਰਾਂ ਦੀ ਕੰਡੀਸ਼ਨ ਹੈ ਵਧੀਆ ਸੀਟ ਕਵਰ ਨੇ ਵਧੀਆ ਗੱਡੀਆਂ ਰੰਗ ਪੈਂਟ ਠੀਕ ਠਾਕ ਜਿਆਦਾ ਬੈਟਰ ਨਹੀਂ ਕਹਿੰਦਾ ਮੈਂ ਕਿਉਂਕਿ 2000 ਪੂਰਾ ਮਾਡਲ ਹੈ ਬਹੁਤ ਪੁਰਾਣੀ ਗੱਡੀ ਹੈ ਤੇ ਤੁਹਾਨੂੰ ਪਤਾ ਹੀ ਹੈ ਇੰਨੀ ਪੁਰਾਣੀ ਗੱਡੀ ਦੀ ਹਾਲਤ ਜੀ ਬਾਕੀ 2000 ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਜਿਹੜੀ ਠੀਕ ਪਈ ਹੈ ਜੀ ਤੇ 83606 14849 ਇਹਨਾਂ ਦਾ ਨੰਬਰ ਹੈ ਜੀ ਬਾਕੀ ਇਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਤੇ 55 ਜਾਂ ਡਮਾੜਾ ਆਰਸੀ ਰੀਨਿਊ ਕਰਵਾਈ ਹੋਈ ਹੈ ਡਾਕੂਮੈਂਟ ਸਾਰੀ ਕੰਪਲੀਟ ਨੇ ਤੇ ਚਲੌਂਚ ਕੋਈ ਦਿੱਕਤ ਨਹੀਂ ਵਧੀਆ ਇੰਜਣ ਗੇਰਾ ਵਧੀਆ ਗੱਡੀਆਂ ਬਾਕੀ ਤੁਹਾਡੇ ਸਾਹਮਣੇ ਆ ਤੇ ਫੋਨ ਕਰ ਲਿਓ ਜੀ ਤੇ ਬਾਕੀ ਅੱਜ ਲਈ ਇਹਨੇ ਜੀ ਤੇ ਅੱਜ ਲਈ ਆਪਣੇ ਕੋਲ ਇੰਨੀਆਂ ਗੱਡੀਆਂ ਸੀਗੀਆਂ ਤੇ ਗੱਡੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਪਦੀ ਰਾਏ ਜਰੂਰ ਦਿਆ ਕਰੋ ਜੀ ਚਾਹੇ ਕਿ ਮੇ ਵੀ ਆ ਵਧੀਆ ਲੱਗੇ ਵੀਡੀਓ ਤਾਂ ਵਧੀਆ ਕਹਿਓ ਨਾ ਵਧੀਆ ਲੱਗੀ ਤਾਂ ਨਾ ਵਧੀਆ ਕਹਿਓ ਜੀ ਤੇ ਸਬਸਕ੍ਰਾਈਬ ਵਾਲਾ ਬਟਨ ਦਬਣਾ ਨਾ ਭੁੱਲਿਓ ਉਹਨੂੰ ਜਰੂਰ ਕਲਿੱਕ ਕਰ ਦਿਓ ਜੀ ਚਾਹੇ ਉਹਦੇ ਵਿੱਚ ਗੱਡੀ ਮਾਰੋ ਐਕਸੀਡੈਂਟ ਕਰ ਦੂ ਤੇ ਸਬਸਕ੍ਰਾਈਬ ਵਾਲਾ ਬਟਨ ਜਿਹੜਾ ਉਹ ਕਲਿੱਕ ਹੋ ਜਾਣਾ ਚਾਹੀਦਾ